ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਲਖਵੀਰ ਸਿੰਘ ਮਹਾਲਮ, ਗੁਰੂ ਗ੍ਰੰਥ ਸਾਹਿਬ ਕਮੇਟੀ ਪੰਜਾਬ ਤੋਂ, ਜੋ ਕਿ ਪਿੱਛੇ ਗੁਰੂ ਨੇ ਕਿਰਪਾ ਕੀਤੀ, ਸੁਲਤਾਨਪੁਰ ਲੋਧੀ ਵੀ ਮੋਰਚਾ ਲਾਇਆ ਸੀ, ਗੁਰੂ ਨੇ ਉੱਥੇ ਕਿਰਪਾ ਫਤਿਹ ਬਖਸ਼ੀ ਹੈ, ਗੁਰੂ ਨਾਨਕ ਤੇ ਰਹਿਮਤ ਹੋਈ ਸੀ ਉਸ ਸ਼ਹਿਰ ਨੂੰ, ਜੋ ਤੰਬਾਕੂ ਬੰਦ ਹੋਇਆ, ਸ਼ਰਾਬ ਦੇ ਠੇਕੇ, ਹੋਰ ਮੀਟ ਦੀਆਂ ਦੁਕਾਨਾਂ ਜੀ, ਜੋ ਕਿ ਮੇਰੇ ਤਬੀਅਤ ਠੀਕ ਨਹੀਂ ਸੀ। ਅੱਜ ਵੀ ਸਿੰਘਾਂ ਨੇ ਕਾਲ ਕੀਤੀ ਅਤੇ ਮੈਂ ਇੱਥੇ ਆਇਆ ਅੰਮ੍ਰਿਤਸਰ 'ਚ ਜੀ, ਜੋ ਕਿ ਬੜੇ ਹਿਰਦੇ ਬਲੁੰਦਰੇ ਗਏ। ਜੇ ਸਾਡੇ ਗੁਰੂ ਰਾਮਦਾਸ ਦੇ ਦਰ ਨੂੰ ਜਾਣ ਵਾਲਾ ਮੁੱਖ ਮਾਰਗ 'ਤੇ ਲਾਚਾਰਾਂ ਦੇ ਬੁੱਤ ਲਾ ਕੇ, ਜੇ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ, ਸਰਕਾਰਾਂ ਨੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ, ਮੀਟਿੰਗਾਂ ਕੀਤੀਆਂ, ਇਹ ਚੀਜ਼ਾਂ ਬੰਦ ਕਰ ਦਿਓ, ਪਰ ਸਰਕਾਰ ਨਹੀਂ ਕੀਤੀ। ਜੇ ਉਹ ਨੌਜਵਾਨ ਸਿੰਘਾਂ ਨੇ ਗੁਰੂ ਦੇ ਆਸਰੇ ਨੂੰ ਅਰਦਾਸ ਕਰਕੇ ਉਹ ਬੁੱਤਾਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ, ਅੱਜ ਬੇਸ਼ੱਕ ਬੁੱਤ ਨਹੀਂ ਪਨੀਚੇ, ਪੱਥਰ ਪਨੀਚਾ, ਬੁੱਤ ਤਾਂਬੇ ਦੇ ਹੀ, ਫਿਰ ਸਰਕਾਰ ਨੇ ਚੁੱਕ ਕੇ, ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਨੇ 307 ਹੋਰ ਸਖ਼ਤ ਧਾਰਾਂ ਲਾ ਕੇ ਪਰਚਾ ਦਰਜ ਕੀਤਾ ਹੈ, ਜੋ ਕਿ ਬਾਅਦ ਵਿੱਚ ਪਤਾ ਲੱਗਾ ਅਗਲੇ ਦਿਨ ਉਹਨਾਂ ਨੂੰ ਕਕਾਰਾਂ ਦੀ ਬੇਦਬੀ ਕੀਤੀ ਗਈ, ਉਹਨਾਂ ਨੂੰ ਕਕਾਰ ਲਾਏ ਗਏ ਸਿੰਘਾਂ ਦੇ, ਅਤੇ ਬਿਲਕੁਲ ਹੀ ਮੰਦਭਾਗੀ ਗੱਲ ਹੈ। ਜੋ ਅੰਮ੍ਰਿਤਸਰ ਸਾਹਿਬ ਦੇ ਇੱਕ ਬੁੱਤ, ਇੱਕ ਲਾਚਾਰ ਦਾ ਬੁੱਤ ਬਣਿਆ, ਕਿਸੇ ਧਾਰਮਿਕ ਦਾ ਬੁੱਤ ਨਹੀਂ, ਕਿਸੇ ਕੋਈ ਲੀਡਰ ਦਾ ਬੁੱਤ ਨਹੀਂ ਸੀ, ਅਤੇ ਇੱਕ ਲਾਚਾਰ ਬੰਦੇ ਦਾ ਬੁੱਤ ਲਾ ਕੇ ਬਣਾ ਕੇ ਸਰਕਾਰ ਨੇ ਰੱਖ ਦੇਣਾ, ਉਹਦੇ ਦੇ ਸਿੰਘਾਂ ਨੂੰ ਰੋਸ ਚਾਣ ਕੇ ਉਹਦੇ ਪੱਥਰ ਭੰਨ ਦੇਣਾ, ਅਤੇ ਇੰਨੀ ਸਖਤੀ ਕਰਕੇ 307 ਵਰਗੀਆਂ ਰਾਤਾਂ ਕਤਲ ਵਰਗਾ, ਉੱਥੇ ਕਿਹਦਾ ਰਾਤਾਂ ਕਤਲ ਹੋਇਆ ਜੀ? ਪਹਿਲਾਂ ਤਾਂ ਪ੍ਰਸ਼ਾਸਨ ਇਹ ਗੱਲ ਦੱਸੇ ਵੀ ਉੱਥੇ ਰਾਤਾਂ ਕਤਲ ਕਿਹੜੇ ਰਾਤ ਦੇ ਕਤਲ ਨਾਲ ਗਏ ਸੀ? ਉੱਥੇ ਬੰਦਾ ਬੈਠਾ ਸੀ, ਕਹਿੰਦਾ ਰਾਤਾਂ ਕਤਲ ਸਿੰਘਾਂ ਨੇ ਕੀਤਾ, ਜਾਂ ਕਿ ਮਨੁੱਖ 'ਤੇ ਹਮਲਾ ਕੀਤਾ, ਰਾਤਾਂ ਕਤਲ ਹੁੰਦਾ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਤਾਂ ਇੱਕ ਤਰਾਂਬੇ ਦਾ ਬੁੱਤ, ਉਹਨਾਂ ਨੂੰ ਪੱਥਰ ਭੰਨਿਆ, ਅਤੇ ਪੱਥਰ ਭੰਨਦੇ ਇਹਦੀਆਂ ਸਖ਼ਤ ਧਾਰਾਂ ਲਾ ਦੇਣੀਆਂ, ਪਰ ਕਕਾਰਾਂ ਦੀ ਬੇਦਬੀ ਕਰਨੀ, ਅਸੀਂ ਬਿਲਕੁਲ ਇਸ ਖਿਲਾਫ਼ ਹਾਂ। ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਈ ਰਹੀ ਸਰਕਾਰ, ਅਤੇ ਜਿਹੜਾ ਸਿੰਘਾਂ ਨੇ ਫੈਸਲਾ ਲਿਆ, ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਕਰਦੇ ਹਾਂ ਇਹੋ ਜਿਹੇ ਕੰਮਾਂ 'ਚੋਂ ਬਾਜ਼ ਆ ਜਾਏ, ਨਹੀਂ ਤਾਂ ਪੰਜਾਬ ਦੀ ਨੌਜਵਾਨੀ ਜਾਗਦੀ ਹੈ, ਇਹਦੇ ਬੜੇ ਗੰਭੀਰ ਸੱਟੇ ਨਿਕਲ ਜਾਂਦੇ ਬਾਅਦ ਵਿੱਚ। ਅਤੇ ਹੁਣ ਜਿਹੜਾ ਇੱਥੇ ਸਿੱਖ ਜਥੇਬੰਦੀਆਂ ਨੇ ਫੈਸਲਾ ਲਿਆ 22 ਤਰੀਕ ਦਾ ਜੀ, 22 ਤਰੀਕ ਨੂੰ ਸਾਰੀ ਪੰਜਾਬ ਦੀ ਸਿੱਖ ਕੌਮ ਨੂੰ, ਸਿੱਖ ਨੌਜਵਾਨਾਂ ਨੂੰ, ਜਿਹੜਾ ਗੁਰੂ ਨਾਨਕ ਲਿਆਵਾ ਸੋਚ ਨਾਲ ਪਹਿਰਾ ਦੇਣ ਵਾਲੇ, ਅਤੇ ਗੁਰੂ ਰਾਮਦਾਸ ਦੇ ਸੋਚ 'ਤੇ ਪਹਿਰਾ ਦੇਣ ਵਾਲੇ, ਚਾਹੇ ਹਿੰਦੂ ਆ ਚਾਹੇ ਉਹ ਮੁਸਲਮਾਨ, ਕਿਸੇ ਵੀ ਬਿਰਾਦਰੀ ਦਾ ਹੈ ਜੀ, ਉੱਥੇ 22 ਤਰੀਕ ਨੂੰ ਪਹੁੰਚਣਾ, ਉਸ ਦੇ ਫੈਸਲੇ 'ਚ ਆਣ ਕੇ ਨਾਲ ਸਾਥ ਦੇਣ, ਕਿਹੜਾ ਸਿੰਘਾਂ ਨੇ ਫੈਸਲਾ ਲੈਣਾ 22 ਤਰੀਕ ਨੂੰ, ਉਹਦਾ ਸਾਰੀ ਕੌਮ ਅਤੇ ਗੁਰੂ ਨਾਨਕ ਦੀ ਸੋਚ 'ਤੇ ਪਹਿਰਾ ਦੇਣ ਵਾਲੇ, ਕਿਹੜੇ ਲੋਕ ਗੁਰੂ ਰਾਮਦਾਸ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਆ, ਉਹ ਸਾਰੇ ਉੱਥੇ ਪਹੁੰਚਣ, ਤੋਂ ਆਪਾਂ ਕਿਹੜੇ ਲਾਚਾਰਾਂ ਦੇ ਬੁੱਤ ਨੇ ਉਹ ਪਾਸੇ ਕਰਾ ਸਕੀਏ, ਅਤੇ ਕਿਹੜੇ ਉਹ ਸਿੰਘਾਂ ਦੇ ਝੂਠੇ ਪਰਚੇ ਕੀਤੇ ਆ, ਉਹ 22 ਨਿਯਮ ਅਸੀਂ ਉਹਨਾਂ ਨੂੰ ਹਰਿਆ ਕਰਾਉਣਾ ਹੈ। ਦੂਸਰਾ ਗੱਲ ਕਿਹੜਾ ਦੱਸਿਆ ਭਾਈ ਸਾਹਿਬ ਨੇ, ਇੱਥੇ ਸਰਸਾ ਸਾਹਿਬ ਨੇ ਇੱਕ ਸਟੇਸ਼ਨ ਹੈ, ਸਟੇਸ਼ਨ ਦੀ ਦਿੱਖ ਬਦਲੀ ਜਾ ਰਹੀ ਆ, ਉਹਦਾ ਵੀ ਮੁੱਦਾ ਵਿੱਚ ਰੱਖਿਆ ਹੈ। ਦੂਸਰਾ ਜ਼ਿਲ੍ਹੇ ਵਾਲਾ ਬਾਗ 'ਤੇ ਕਿਹੜਾ ਸ਼ਹੀਦ ਭਾਈ ਊਧਮ ਸਿੰਘ ਦੀ ਬੁੱਤ ਨਾਲ ਧੱਕ ਦਿੱਤਾ ਹੈ, ਉੱਥੇ ਟਿਕਟ ਲਾ ਦਿੱਤੀ ਆ, ਉਹਦਾ ਬਿਲਕੁਲ ਸਾਰੇ ਮੁੱਦਿਆਂ 'ਤੇ ਅਸੀਂ ਜਿਹੜਾ ਵੀ ਕੌਮ ਸਾਨੂੰ ਫੈਸਲਾ ਹੁਕਮ ਲਾਊਗੀ ਅਸੀਂ ਬਿਲਕੁਲ ਨਾਲ ਖੜ੍ਹੇ ਹਾਂ। ਤਾਂ ਸਾਰੀ ਪੰਜਾਬ ਦੀ ਸਿੱਖ ਕੌਮ ਨੂੰ ਅਪੀਲ ਕਰਦਾ ਨੌਜਵਾਨਾਂ ਨੂੰ, ਇਸ ਮੁੱਦੇ 'ਤੇ ਆਪਾਂ ਸਾਰੇ ਜਾਗਰਤ ਹੋਈਏ, ਅਤੇ ਹਰਿਮੰਦਰ ਸਾਹਿਬ ਨੂੰ ਪਵਿੱਤਰ ਸਥਾਨ ਦਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।